ਜਾਣਦਾ ਮੈਂ ਤੁਹਾਡੀ ਇੱਜ਼ਤ ਆ ਕਈਆਂ ਨੂੰ ਬੇਲਦਾ ਤੁਸੀਂ ਉਦੋਂ ਦਵਾਈਆਂ ਜਦੋਂ ਉਹਨਾਂ ਦੀ ਸਜ਼ਾ ਵੀ ਮੁੱਕ ਗਈ ਸਾਲੇ ਗੰਦੀ ਔਲਾਦ ਨਾ ਮਜ਼ਾ ਰੱਖ ਤੇਰੇ ਘਰ ਦੇ ਮੈਨੂੰ ਛੱਡੇ ਆ ਗਾਲਾਂ ਕੱਢਦੇ ਨੇ ਹਾਂ ਬੋਕ ਤੇ ਆਵਾਂ ਨਾ ਕੱਢਦੇ ਆ ਉਹ ਡੈਡੀ ਹੈ ਜੋ ਸੁਣ ਲੈਂਦੇ ਆ ਇਹ ਚੱਜ ਦਾ ਬੰਦਾ ਹੁੰਦਾ ਉਹਨਾਂ ਦਾ ਸੁਣਨੀ ਵੀ ਨਹੀਂ ਸੀ ਪੀਪੀ ਕੇ ਸਾਡਾ ਮੁਫਤ ਦਾ ਪਾਣੀ 10-10 ਵਾਰੀ ਪਿਸ਼ਾਬ ਕਰਨ ਜਾਂਦਾ ਵਾਸ਼ਰੂਮ ਦੀਆਂ ਟਾਇਲਾਂ ਪੀੜੀਆਂ ਕਰਦੀਆਂ ਯਾਰ ਤੂੰ ਮੈਂ ਵੀ ਹੁਣ ਬੰਦਾ ਉਹਦੇ ਗੰਡਾਸਾ ਦੇ ਕੇ ਖੜਾ ਕੀਤਾ ਜਾਈ ਪਿਸ਼ਾਬ ਕਰ ਸਿਰ ਵੱਢਾਂਗੇ ਤੇਰਾ ਆਪਣੇ ਹੱਥ ਧੋਣੇ ਆਵੇ ਚਿੱਠੀ ਤੇਰੀ ਆਉਣੀ ਹੈ ਪਾਸੇ ਜਾਂ ਸਾਡਾ ਵਿਆਹ ਇੰਨਾ ਸੌਖਾ ਨਹੀਂ ਹੋਣਾ ਤੇਰੀ ਮਾਮੇ ਨਾਲ ਗੱਲ ਕਰ ਲਾ ਸਾਡੇ ਸਾਹਮਣੇ ਕੋਈ ਵਿਆਹ ਦੀ ਗੱਲ ਕਰਨਾ ਸਾਨੂੰ ਵੱਢ ਕੇ ਰੱਖ ਦੇਈਏ ਕੋਰਟ ਦੇ ਵਿੱਚ ਮੈਂ ਤੇਰੀ ਕਿਸੇ ਨਾਲ ਨਾ ਕਰਾਈ ਕੋਰਟ ਕਿਹੜੀ ਏਸੀਜੀ ਹੁੰਦੀ ਉਹ ਏਸੀਜੀ ਡਾਕਟਰ ਤੇ ਹੁੰਦੀ ਆ ਕੋਰਟ ਦੇ ਵਿੱਚ ਹਾਂ ਕਿਸੇਜੀ ਹੁੰਦੀ ਆ ਲੱਤਾਂ ਬੰਦੜੀਆਂ ਇਹਨਾਂ ਦੀਆਂ ਇਹ ਗੱਲ ਉੱਚੀ ਹੈ ਸੁਣ ਲੈਣ ਕੇ ਡੈਡੀ ਮੇਰਾ ਇੱਕ ਹੋਰ ਕੁੜੀ ਦੇ ਨਾਲ ਟਾਕਾ ਪੜ ਗਿਆ ਟੈਂਕੇ ਹੀ ਭੇੜੀ ਕਦੇ ਸਿੱਧੀ ਸਲਾਈ ਨਾ ਮਾਰੀ ਕੁੜੀ ਵੀ ਬੰਬ ਹੈ ਮੈਂ ਯੂਕਰੇਨ ਤਾਂ ਸਿੱਟਣੀ ਹੈ ਇਹ ਕਾਕਾ ਜੀ ਤੁਹਾਡੇ ਵੱਡੇ ਭਾਈ ਸਾਹਿਬ ਨੇ ਕਿ ਛੋਟੇ ਇਹ ਮੇਰੇ ਵੱਡੇ ਹਸਬੈਂਡ ਅੱਛਾ ਅੱਛਾ